ਦੀ ਰਾਈਡ ਵੇਟ ਕਰ ਰਹੀ ਹੈ ਹੁਣ ਆਪਾਂ ਇੱਥੇ ਝੂਟਾ ਲਵਾਂਗੇ ਅੱਜ। ਹਾਂਜੀ ਵੀ ਦੋਸਤੋ, ਕੀ ਹਾਲ ਚਾਲ ਨੇ, ਕਿਵੇਂ ਲੱਗ ਰਹੀਆਂ ਨੇ ਵੀਡੀਓਜ਼, ਕਮੈਂਟ ਜ਼ਰੂਰ ਕਰਿਆ ਕਰੋ ਅਤੇ ਦੱਸਿਆ ਵੀ ਕਰੋ ਮੈਨੂੰ ਵੀ ਕਿਵੇਂ ਇਨਫੋਰਮੇਸ਼ਨ ਮਿਲ ਰਹੀ ਕਿ ਨਹੀਂ ਮਿਲ ਰਹੀ। ਅਤੇ ਹੁਣ ਅਸੀਂ ਨਿਕਲਣ ਲੱਗੇ ਹਾਂ ਵਾਪਸ ਪੈਰਿਸ ਲਈ, ਅਤੇ ਪੈਰਿਸ ਚੱਲਾਂਗੇ ਵਾਪਸ, ਉੱਥੋਂ ਫਲਾਈਟ ਆ ਫਿਰ ਇੰਡੀਆ ਦੀ। ਅਤੇ ਕੁਛ ਥੋੜ੍ਹੀ ਜਿਹੀ ਇਨਫੋਰਮੇਸ਼ਨ ਸ਼ੇਅਰ ਕਰੂੰਗਾ ਇਹ ਟ੍ਰਿਪ ਬਾਰੇ, ਸਾਰਿਆਂ ਨੇ ਕੰਟੀਨਿਊਸਲੀ ਦੇਖਿਓ। ਬਾਕੀ ਜਿਹੜਾ ਹੋਟਲ ਸੀਗਾ ਇਹ ਸਾਨੂੰ ਮਿਲਿਆ ਸੀ ਕੋਈ 200 ਯੂਰੋ ਦੇ ਵਿੱਚ, ਠੀਕ ਆ, ਇੱਕ ਰਾਤ ਲਈ। ਬਾਕੀ ਏਅਰਪੋਰਟ ਦੇ ਬਿਲਕੁਲ ਕੋਲ ਆ, ਏਅਰਪੋਰਟ ਜਿਹੜੇ ਲੋਕਲ ਨੇ ਉਹ ਫਰਕ ਆ ਇਸ ਕਰਕੇ। ਅਤੇ ਹੁਣ ਸਵੇਰ ਦੇ ਵੱਜ ਚੁੱਕੇ ਨੇ 10। ਇਹ ਏਅਰਪੋਰਟ ਦੇ ਨਾਲ ਹੀ ਹੋਟਲ ਸੀਗਾ, ਸਸਤਾ ਮਿਲ ਗਿਆ ਸਾਨੂੰ ਕਾਫੀ, ਔਨਲਾਈਨ ਬੁਕਿੰਗ ਕਰਿਆ ਕਰੋ ਇਸ ਸਸਤੀ ਮਿਲ ਜੂਗੀ। ਬਾਕੀ ਇਹ ਜਿਹੜੀ ਵੀਡੀਓ ਹੈਗੀ ਆ ਸਪੋਂਸਰਡ ਬਾਏ ਗਲੋਬਲ ਟ੍ਰੇਡਰਸ, ਜਿਹੜੇ ਕਿ ਵਿਜ਼ਟਰ ਵੀਜ਼ੇ ਲਈ ਅਪਲਾਈ ਕਰਦੇ ਆ ਕੈਨੇਡਾ, ਹੋਰ ਵੀ ਕਈ ਕੰਟਰੀਜ਼ ਵਾਸਤੇ। ਕੰਟੈਕਟ ਨੰਬਰ ਸ਼ੋ ਹੋ ਰਿਹਾ, ਤੁਸੀਂ ਕਾਲ ਕਰਕੇ ਜ਼ਿਆਦਾ ਇਨਫੋਰਮੇਸ਼ਨ ਉਹਨਾਂ ਕੋਲ ਲੈ ਸਕਦੇ ਹੋ। ਅਤੇ ਬਾਕੀ ਹੁਣ ਆਪਾਂ ਚੱਲਦੇ ਹਾਂ ਅੱਜ ਪੈਰਿਸ ਨੂੰ, ਜਿਵੇਂ ਕਿ ਦੱਸਿਆ ਸੀਗਾ ਮੈਂ ਰੂਮ ਬਹੁਤ ਸੋਹਣਾ ਸੀਗਾ, ਬਾਕੀ ਦੇਸ਼ ਬਹੁਤ ਸੋਹਣੇ ਨੇ ਬਾਈ, ਸਾਰੇ ਵੀਡੀਓਜ਼ ਮੇਰੇ ਦੇਖਿਓ ਪੁਰਾਣੇ ਜਿਹਨਾਂ ਨੇ ਨਹੀਂ ਦੇਖੇ ਹੋਏ। ਅਤੇ ਤੁਹਾਨੂੰ ਇੱਦਾਂ ਨਵੇਂ ਨਵੇਂ ਟ੍ਰਿਪਸ ਹੋਰ ਮੈਂ ਇੰਜੋਏ ਕਰਾਉਂਦਾ ਰਹੂੰਗਾ, ਜੇ ਕੁਛ ਚੀਜ਼ਾਂ ਪੁੱਛਣੀਆਂ ਹੋਣ ਤਾਂ ਕਮੈਂਟ ਬਾਕਸ ਕਮੈਂਟ ਛੱਡ ਦਿਓ, ਅਤੇ ਬਾਕੀ ਮੈਨੂੰ ਇੰਸਟਾਗ੍ਰਾਮ 'ਤੇ ਫੋਲੋ ਕਰ ਲਿਓ ਡੇਲੀ ਅਪਡੇਟਸ ਲਈ। ਅਤੇ ਹੁਣ ਆਪਾਂ ਚੱਲਦੇ ਹਾਂ ਪੈਰਿਸ ਲਈ, ਇਹ ਹੈਗਾ ਸੀ ਇਟਲੀ ਦਾ ਏਅਰਪੋਰਟ ਮੇਨ, ਮੈਂ ਤੁਹਾਨੂੰ ਵੀ ਦਿਖਾਉਣਾ। ਮੇਰੀ ਰਾਈਡ ਵੇਟ ਕਰ ਰਹੀ ਹੈ, ਹੁਣ ਆਪਾਂ ਇੱਥੇ ਝੂਟਾ ਲਵਾਂਗੇ ਅੱਜ। ਨਹੀਂ ਨਹੀਂ ਯਾਰ, ਮੈਨੂੰ ਫਰਾਰੀ ਪਸੰਦ ਨਹੀਂ, ਇਸ ਕਰਕੇ ਮੈਂ ਇੱਥੇ ਨਹੀਂ ਝੂਟਾ ਲੈਣਾ, ਮੈਂ ਦੂਜੀ ਗੱਡੀ ਮੰਗਾਈ ਹੋਈ ਅੱਜ, ਜਹਾਜ਼ ਵੱਡਾ। ਫਲਾਈਟ ਜਿਹੜੀ ਲਈ ਆ ਉਹ ਬੜੀ ਚੀਪਰ ਸੀਗੀ, ਉਹ ਮੈਂ ਲਿੰਕ ਪਾ ਰਿਹਾ ਹਾਂ ਉਹ ਕਿਹੜੀ ਕੰਪਨੀ ਦੀ ਸੀਗੀ। ਉਹ ਲੋਕਲ ਫਲਾਈਟਸ ਚੱਲਦੀਆਂ ਜਿਵੇਂ ਆਪਣੀਆਂ ਚੱਲਦੀਆਂ ਨੇ, ਸਾਰਾ ਸਾਨੂੰ ਉਹ ਉੱਥੋਂ ਮਿਲਾਨ ਤੋਂ ਪੈਰਿਸ ਤੱਕ ਦਾ ਪਿਆ ਕੋਈ 40 ਯੂਰੋ ਦਾ, ਠੀਕ ਆ, ਫਲਾਈਟ ਪਈ। ਘੰਟਾ ਉਹਨੇ ਲਗਾਇਆ ਸਿੱਧਾ, ਉਹਨੇ ਏਅਰਪੋਰਟ ਲੈਂਡ ਕਰਤਾ, ਹੁਣ ਸਾਡੇ ਕੋਲ ਟਾਈਮ ਹੈਗਾ ਸ਼ਾਮ ਦੀ, ਸਾਡੀ ਫਲਾਈਟ ਆ 9:45 ਦੀ, ਠੀਕ ਆ, ਇਸ ਕਰਕੇ ਅਸੀਂ ਇੱਥੇ ਹੋਟਲ ਲੈ ਲਿਆ ਕਿਉਂਕਿ ਥੋੜ੍ਹਾ ਜਿਹਾ ਸਟੇਅ ਕਰਨਗੇ ਸਿਸਟਰ ਦੀ, ਕੱਲ੍ਹ ਵਾਪਸ ਕੈਨੇਡਾ ਦੀ ਫਲਾਈਟ ਆ, ਠੀਕ ਆ। ਅਤੇ ਇਸ ਕਰਕੇ ਹੁਣ ਥੋੜ੍ਹਾ ਜਿਹਾ ਸ਼ਾਇਦ ਸਿਟੀ ਘੁੰਮਣ ਚੱਲੂੰਗਾ ਮੈਂ, ਕਿਉਂਕਿ ਇੱਕ ਦੋ ਪੁਆਇੰਟ ਮੇਰੇ ਰਹਿ ਗਏ ਸੀ, ਕਿਉਂਕਿ ਟਾਈਮ ਹੈਗਾ, ਅਜੇ ਸਿਰਫ 1:30 ਹੋਏ ਨੇ, ਠੀਕ ਆ, ਬਹੁਤ ਟਾਈਮ ਪਿਆ ਮੇਰੇ ਕੋਲ। ਅਤੇ ਹੁਣ ਅਸੀਂ ਹੋਟਲ ਲਿਆ ਹੋਇਆ, ਇੱਥੇ ਥੋੜ੍ਹਾ ਜਿਹਾ ਰੁਕਾਂਗੇ ਅਤੇ ਆਪਾਂ ਘੁੰਮਾਂਗੇ, ਥੋੜ੍ਹਾ ਜਿਹਾ ਹੋਰ ਇਨਫੋਰਮੇਸ਼ਨ ਤੁਹਾਨੂੰ ਫਿਲਹਾਲ ਸ਼ੇਅਰ ਕਰਦਾ। ਇਹ ਹੋਟਲਸ ਨੂੰ ਫ੍ਰੀ ਸ਼ਟਲ ਜਾਂਦੀ ਹੈ ਇੱਦਾਂ ਦੀ ਬੱਸ ਆ, ਉਹ 'ਚ ਵਾਈਫਾਈ ਵੀ ਫ੍ਰੀ ਹੁੰਦਾ। ਅਸੀਂ ਵਾਪਸ ਏਅਰਪੋਰਟ ਆ ਗਏ ਹਾਂ, ਇੱਥੋਂ ਨਹੀਂ ਜਾਵਾਂਗੇ, ਇੱਕ ਚੀਜ਼ ਮਿਸ ਕਰ ਗਿਆ ਫੋਟੋ ਖਿਚਾਉਣ ਵਾਲੀ, ਉੱਥੇ ਚੱਲਾਂਗੇ। ਇੱਥੋਂ ਅਸੀਂ ਮੈਟਰੋ ਲੈ ਰਹੇ ਹਾਂ ਬਲੂ ਲਾਈਨ, ਅਤੇ ਉਹ ਸਿੱਧੀ ਫਿਰ ਪੈਰਿਸ ਸਿਟੀ ਚਲੀ ਜਾਣੀ ਹੈ। ਫ੍ਰੀ ਸ਼ਟਲਸ ਹੁੰਦੀਆਂ ਨੇ ਲੋਕਲ ਜਿਹੜੇ ਤੁਹਾਡੇ ਹੋਟਲਸ ਨੇ ਉਹਨਾਂ ਵਾਸਤੇ। ਤੁਸੀਂ ਸੋਚ ਰਹੇ ਹੋਣੇ ਕਿੱਧਰ ਲਈ ਜਾਂਦਾ ਇਹ, ਬੜੀ ਵਧੀਆ ਜਗ੍ਹਾ 'ਤੇ ਲੈ ਕੇ ਜਾ ਰਿਹਾ, ਥੋੜ੍ਹੀ ਜਿਹੀ ਵੇਟ ਹੋਰ ਕਰੋ। ਜਿਹੜਾ ਬਿਲਡਿੰਗ ਸਟਰਕਚਰ ਹੈ ਨਾ ਬਾਈ, ਮੈਂ ਪਹਿਲੇ ਵਲੋਗਾਂ 'ਚ ਵੀ ਦੱਸਿਆ ਕਿ ਬਹੁਤ ਸੋਹਣਾ ਆ। ਪੁਰਾਣੇ ਵਲੋਗ ਦੇਖਿਓ ਵੀ, ਇਹ ਘੁੰਮ ਕੇ ਵੇਖਣ ਵਾਲਾ ਟਾਈਮ ਕੱਢ ਕੇ ਆਇਓ, ਆਲਮੋਸਟ 4 ਦਿਨ ਪੈਰਿਸ ਵਾਸਤੇ ਚਾਹੀਦੇ ਨੇ, ਠੀਕ ਆ। ਹੁਣ ਅਸੀਂ ਮੋਨਾਲਿਸਾ ਦੀ ਪੇਂਟਿੰਗ ਦੇਖਣ ਚੱਲੇ ਹਾਂ, ਬਟ ਵੇਖਾਂਗੇ ਨਹੀਂ ਕਿਉਂਕਿ ਬਾਹਰੋਂ ਫੋਟੋ ਖਿਚਾ ਕੇ ਆ ਜਾਵਾਂਗੇ। ਟਾਈਮ ਘੱਟ ਆ, ਫਲਾਈਟ ਆ 9 ਵਜੇ ਦੀ, ਬਟ ਏਅਰਪੋਰਟ ਟੂ ਜੇ ਤੁਸੀਂ ਮੋਨਾਲਿਸਾ ਦੀ ਪੇਂਟਿੰਗ ਦੇਖਣ ਆਉਣਾ ਤਾਂ ਤੁਹਾਨੂੰ ਆਈ ਥਿੰਕ 50 ਮਿੰਟਸ ਲੱਗਣਗੇ, ਉਹ ਤੋਂ ਜ਼ਿਆਦਾ ਨਹੀਂ, ਠੀਕ ਆ। ਅਤੇ ਕਿੱਥੇ ਉੱਤਰ ਰਹੇ ਹੋ, ਮੈਂ ਉਹ ਦੱਸ ਦੂੰ, ਸਟੇਸ਼ਨ ਬਲੂ ਲਾਈਨ ਲੈਣੀ ਆ ਜਿਵੇਂ ਮੈਂ ਦੱਸਿਆ ਸੀਗਾ। ਬਾਕੀ ਇੱਥੋਂ ਆਈਫਲ ਟਾਵਰ ਜਾਣਾ ਤਾਂ ਗ੍ਰੀਨ ਲਾਈਨ ਲੈ ਲਿਓ, ਉੱਤਰ ਕੇ ਉਹ ਸਿੱਧੀ ਆਈਫਲ ਟਾਵਰ ਚੱਲ ਜੂਗੀ। ਆਲਮੋਸਟ ਤੁਸੀਂ ਜੇ ਪੈਰਿਸ ਦਾ ਤੁਹਾਡੇ ਕੋਲ ਟਾਈਮ ਹੈਗਾ ਏਅਰਪੋਰਟ ਦੇ ਉੱਤਰਨ ਵਾਸਤੇ, ਮਤਲਬ ਵੇਟਿੰਗ ਆ, ਦੈਨ ਤੁਹਾਡੇ ਕੋਲ 3 ਘੰਟੇ ਦਾ, ਤੁਸੀਂ ਪੈਰਿਸ ਦੇ ਮੇਨ ਚੀਜ਼ ਘੁੰਮ ਕੇ ਜਾ ਸਕਦੇ ਹੋ ਵਾਪਸ। ਹੁਣ ਤੁਸੀਂ ਦੇਖਿਓ ਅਸੀਂ ਕਿੱਥੇ ਨਿਕਲ ਰਹੇ ਹਾਂ, ਸਪੈਸ਼ਲੀ ਆਇਆ ਹਾਂ ਕਿਉਂਕਿ ਉਦੋਂ ਫੋਟੋ ਨਹੀਂ ਖਿਚਾਈ ਗਈ, ਬੱਸ 'ਚੋਂ ਉਤਰਿਆ ਨਹੀਂ ਗਿਆ, ਟਾਈਮ ਥੋੜ੍ਹਾ ਸੀ, ਇੱਥੇ ਮੇਰੀ ਫੋਟੋ ਰਹਿ ਗਈ ਸੀ। ਵੈਦਰ ਕਲਾਉਡੀ ਆ ਇਸ ਕਰਕੇ, ਮਾੜੀ ਮੀਂਹ ਪੈ ਕੇ ਡਿਆ, ਇਸ ਕਰਕੇ ਫੋਟੋ ਆਈਡੀਆ ਵਧੀਆ ਨਹੀਂ ਆਉਣੀਆਂ, ਬਟ ਤੁਸੀਂ ਦਿਨੇ ਆ ਜਾਓ, ਧੁੱਪ ਨਿਕਲੀ ਹੋਵੇ ਬਹੁਤ ਮਜ਼ਾ ਆਊਗਾ। ਬਾਕੀ ਇੱਥੇ ਰਾਤ ਨੂੰ ਇਹਦੇ 'ਚ ਲਾਈਟਸ ਜਗਦੀਆਂ ਨੇ, ਉਹ ਵਿਊ ਹੀ ਹੋਰ ਹੁੰਦਾ, ਠੀਕ ਆ। ਅਤੇ
ਪੈਰਿਸ ਨਾਲੋਂ ਵੈਸੇ ਮੈਨੂੰ ਆਊਟਰ ਏਰੀਆ ਜ਼ਿਆਦਾ ਵਧੀਆ ਲੱਗਿਆ ਜਿਵੇਂ ਮੈਂ ਕੱਲ੍ਹ ਦੱਸਿਆ ਸੀ। ਜਿਹੜੀ ਮੇਨ ਚੀਜ਼ ਹੈ ਇਹਦੇ ਅੰਦਰ ਮੋਨਾਲੀਸਾ ਦੀ ਪੇਂਟਿੰਗ ਹੈ ਜਿਹੜੀ ਕਿ ਬਹੁਤ ਪੁਰਾਣੀ ਆ ਅਤੇ ਉਹਨੂੰ ਦੇਖਣ ਜਾਂਦੇ ਆ ਲੋਕ ਅਤੇ ਉਹ 3 ਯੂਰੋ ਲੱਗਦੇ ਨੇ ਜਾਣ ਵਾਸਤੇ ਥੱਲੇ। ਤੁਸੀਂ ਦੇਖੋ ਸਾਰੇ ਥੱਲੇ ਬੰਨੇ ਮਤਲਬ ਇਹਦੇ ਸਾਰਾ ਹੈਗਾ ਦੇਖ ਸਕਦੇ ਤੁਸੀਂ। ਦੇਖ ਕੇ ਨਾ ਯਾਦ ਹੋਵੇ ਜੇ ਕਿਸੇ ਨੇ ਮੇਰਾ ਬੱਸ ਟੂਰ ਵਲੌਗ ਦੇਖਿਆ ਹੋਵੇ ਤਾਂ ਇੱਥੋਂ ਲੰਘ ਕੇ ਗਈ ਸੀਗੀ ਬੱਸ। ਬੱਸ ਟੂਰ ਦੇ ਵਿੱਚ ਸਾਰੇ ਪੁਆਇੰਟਸ ਕਵਰ ਕਰਦੇ ਨੇ ਉਹ ਇੱਕੋ ਦਿਨ ਦੇ ਵਿੱਚ, ਅਤੇ ਜੇ ਕਿ ਕੋਈ ਦਿਨ ਘੱਟ ਹੈ ਇੱਕੋ ਦਿਨ ਤਾਂ ਉਹ ਵਲੌਗ ਮੇਰਾ ਦੇਖ ਲਿਓ, ਪੈਰਿਸ ਟੂਰ ਵਾਲਾ, ਸਾਰੀ ਤੁਹਾਨੂੰ ਇਨਫੋਰਮੇਸ਼ਨ ਉਹ 'ਚੋਂ ਮਿਲ ਜੂਗੀ। ਅਤੇ ਹੁਣ ਅਸੀਂ ਇੱਥੇ ਕੁਛ ਖਾਂਦੇ ਹਾਂ ਜੇ ਲੱਭ ਗਿਆ ਕੁਛ ਵੈੱਜ। ਫੂਡ ਬਹੁਤ ਟੇਸਟੀ ਸੀਗਾ, ਇਹਨਾਂ ਕੋਲ ਵੈੱਜ ਵੀ ਮਿਲ ਜਾਂਦਾ। ਇਹ ਬਿਲਕੁਲ ਮਿਊਜ਼ੀਅਮ ਦੇ ਮਤਲਬ ਕਹਿ ਸਕਦੇ ਲੈਫਟ ਹੈਂਡ ਸਾਈਡ 'ਤੇ ਆਣ ਕੇ ਕੈਫੇ ਆ, ਅਤੇ ਇਹਨਾਂ ਕੋਲ ਵੈਜੀਟੇਰੀਅਨ ਫੂਡ ਬਹੁਤ ਟੇਸਟੀ ਸੀਗਾ ਯਾਰ, ਮਤਲਬ ਮਜ਼ਾ ਆ ਗਿਆ। ਕੌਫੀ ਵੀ ਐਂਡ ਮਤਲਬ ਤੁਸੀਂ ਟਰਾਈ ਕਰ ਸਕਦੇ ਹੋ। ਵੈਸੇ ਜੇ ਕਹਿੰਦੇ ਹੁੰਦੇ ਕਿ ਤੁਸੀਂ ਪੈਰਿਸ ਆਏ ਹੋ ਅਤੇ ਵਾਈਨ ਵਿਦ ਇਹਨਾਂ ਦੀ ਇੱਕ ਬ੍ਰੈਡ ਅਤੇ ਪਾਸਤਾ ਨਹੀਂ ਟਰਾਈ ਕੀਤਾ ਤਾਂ ਤੁਸੀਂ ਪੈਰਿਸ ਹੋਣਾ ਤੁਹਾਡਾ ਮਿੱਟੀ ਆ। ਇਸ ਕਰਕੇ ਚੀਜ਼ਾਂ ਜ਼ਰੂਰ ਟਰਾਈ ਕਰੋ। ਅਤੇ ਕੈਫੇਜ਼ ਬਹੁਤ ਸੋਹਣੇ ਨੇ, ਬਹੁਤ ਸੋਹਣਾ ਸਮਾਨ ਮਿਲਦਾ ਖਾਣ ਵਾਸਤੇ। ਲੁੱਕ ਤਾਂ ਆ ਵੇਖੋ ਫਿਰ ਕਿੱਡਾ ਸੋਹਣਾ ਆ ਗਿਆ। ਬਾਕੀ ਹੁਣ 6 ਜਾਣਾ ਹੈ ਕਿਉਂਕਿ ਫਲਾਈਟ ਆ, ਚੈੱਕ ਇਨ ਕਰਨਾ ਆ ਅਤੇ ਲੇਟਰਾਂ ਹੋ ਜਾਈਏ। ਇਸ ਕਰਕੇ ਹੁਣ ਮੈਨੂੰ ਭੱਜਣਾ ਪਈਆਂ ਹੋਈਆਂ, 6 ਭੱਜ ਲਈਏ। ਤੁਸੀਂ ਏਅਰਪੋਰਟ ਦੇ ਲਾਗੇ ਹੋਟਲਸ ਲਏ ਹੋਏ ਨੇ ਅਤੇ ਇੱਥੋਂ ਫ੍ਰੀ ਸ਼ਟਲ ਜਾਂਦੀ ਹੈ ਜਿਵੇਂ ਮੈਂ ਪਹਿਲਾਂ ਦੱਸਿਆ ਸੀ, ਉਹਦੀਆਂ ਡਿਟੇਲਸ ਤੁਹਾਨੂੰ ਦੱਸਦਾ ਹਾਂ ਮੈਂ। ਉਹਦੀਆਂ ਡਿਟੇਲਸ ਇਹ ਨੇ ਕਿ ਇਹ ਫ੍ਰੀ ਸ਼ਟਲ ਬੱਸਾਂ ਨੇ, ਉਹਦੇ ਕੋਲ ਲਿਖਿਆ ਹੋਇਆ ਉਹਨਾਂ ਨੇ, ਠੀਕ ਆ। ਬਲੈਕ ਲਾਈਨ ਜਿਹੜੀ ਆ ਉਹ ਆਹ ਹੋਟਲਾਂ 'ਚ ਜਾਂਦੀ ਆ, ਉਹਦੀ ਟਾਈਮਿੰਗ ਵੀ ਲਿਖੀ ਹੋਈ ਆ ਨਾਲ ਇਹਨਾਂ ਨੇ, ਠੀਕ ਆ। ਫਿਰ ਇਹ ਪਿੰਕ ਲਾਈਨ ਆ, ਠੀਕ ਆ, ਇਹ ਆਹ ਹੋਟਲਾਂ 'ਚ ਜਾਂਦੀ ਆ। ਫਿਰ ਆਹ ਬਲੂ ਲਾਈਨ ਆ, ਠੀਕ ਆ। ਇਹ ਜਦੋਂ ਤੁਸੀਂ ਨਿਕਲੋਗੇ ਏਅਰਪੋਰਟ ਤੋਂ ਬਾਹਰ ਟਰਮੀਨਲ 2 'ਚੋਂ ਜਾਂ ਕਿਸੇ ਤੋਂ ਵੀ, ਉੱਥੇ ਬਾਹਰ ਨਾਲ ਲਿਖਿਆ ਹੋਇਆ ਬੋਰਡ ਪੜ੍ਹ ਲਿਓ, ਧਿਆਨ ਫ੍ਰੀ ਆ ਹੋਟਲ 'ਚ ਖੜ੍ਹਨ ਵਾਸਤੇ, ਕੋਈ ਟੈਨਸ਼ਨ ਨਹੀਂ। ਪਿੱਕ ਕਰੋ ਅਤੇ ਤੁਹਾਨੂੰ ਹੋਟਲ ਛੱਡ ਦੂਗੀ। ਦੋਸਤੋ ਵਾਪਸ ਦਿੱਲੀ ਲੈਂਡ ਕਰ ਗਿਆ ਅਤੇ ਹੁਣ ਵਾਪਸ ਘਰ ਚੱਲਾਂਗੇ, ਕਾਰ ਚੱਕਾਂਗੇ ਆਪਣੀ, ਉਬਰ ਕਰ ਲੂੰਗਾ। ਇੱਥੋਂ ਘਰ ਲੱਗੀ ਸੀ ਕਿਸੇ ਦੇ ਕਾਰ, ਜਿਵੇਂ ਦੱਸਿਆ ਸੀ, ਬਾਕੀ ਘਰ ਜਾ ਕੇ ਇਨਫੋਰਮੇਸ਼ਨ ਦਿੰਦਾ ਹੈ। ਅਤੇ ਹੁਣ ਇੱਥੋਂ ਏਅਰਪੋਰਟ ਤੋਂ ਨਿਕਲਣਾ ਹੈ, ਕਾਰ ਪਿੱਕ ਕਰਨੀ ਆ। ਬਹੁਤ ਵਧੀਆ ਸਫ਼ਰ ਰਿਹਾ। ਦੋਸਤੋ ਵਾਪਸ ਪਹੁੰਚ ਗਏ ਹਾਂ ਘਰ, ਠੀਕ ਹੈ। ਆਲਮੋਸਟ ਦਿੱਲੀ ਉਤਰਿਆ ਸੀਗਾ ਅਤੇ ਦਿੱਲੀ ਤੋਂ ਕਾਰ ਆਪਣੀ ਪਿੱਕ ਕੀਤੀ ਅਤੇ ਘਰ ਆ ਗਏ ਹਾਂ। ਅਤੇ ਇਸ ਟਾਈਮ ਵੈਸੇ ਤਾਂ 12 ਵੱਜ ਗਏ, ਠੀਕ ਆ, ਅਤੇ ਆਈ ਥਿੰਕ 9 ਦਿਨ ਹੋ ਗਏ ਮੈਨੂੰ ਘਰੋਂ ਗਏ, 9 ਦਿਨਾਂ ਬਾਅਦ ਬਾਹਰ ਆਇਆ ਘਰੋਂ, ਘਰ ਪਹੁੰਚਿਆ। ਅਤੇ ਬਾਕੀ ਬਹੁਤ ਵਧੀਆ ਸੀ, ਪਰ ਇੰਡੀਆ ਆਣ ਕੇ ਬਹੁਤ ਬੁਰਾ ਜਿਹਾ ਲੱਗ ਰਿਹਾ ਕਿਉਂਕਿ ਉੱਥੇ ਬਹੁਤ ਸਾਫ਼ ਸੀ ਰੋਡਸ ਸਿਸਟਮ, ਮਤਲਬ ਇੱਕ ਵਾਰੀ ਤਾਂ ਲੱਗਿਆ ਕਿ ਯਾਰ ਕਿੱਥੇ ਆ ਗਿਆ, ਕਿਉਂਕਿ ਪਰ ਥੋੜ੍ਹੇ ਦਿਨ ਹੀ ਲੱਭੇ, ਪਰ ਫਿਰ ਵੀ ਆਪਣਾ ਪੰਜਾਬ ਆਪਣਾ ਪੰਜਾਬ ਹੀ ਆ, ਠੀਕ ਆ। ਅਤੇ ਪਰ ਉੱਥੇ ਜਿਹੜੀ ਜੋ ਸਿਸਟਮ ਆ ਜਾਂ ਕੁਛ ਵੀ ਸੀ ਬਹੁਤ ਵਧੀਆ ਸੀ, ਬਹੁਤ ਵਧੀਆ ਕੰਟਰੀਜ਼ ਨੇ, ਘੁੰਮਣਾ ਚਾਹੀਦਾ, ਬਹੁਤ ਕੁਛ ਸਿੱਖਣ ਨੂੰ ਮਿਲਦਾ ਵੀਰੇ ਉੱਥੋਂ। ਅਤੇ ਬਾਕੀ ਜਿਹੜੀ ਮੇਨ ਗੱਲਾਂ ਨੂੰ, ਵੈਸੇ ਮੈਂ ਬਹੁਤ ਥੱਕਿਆ ਪਿਆ, ਠੀਕ ਹੈ। ਲਾਸਟ ਵਲੌਗ ਸੀਗਾ ਅਤੇ ਜੇ ਕਿਸੇ ਨੂੰ ਕੋਈ ਜਿੱਦਾਂ ਬਜਟ ਸੀਗਾ, ਸ਼ੋਰਟ ਇੱਕ ਵਲੌਗ ਬਣਾਊਂਗਾ, ਕਮੈਂਟ ਕਰ ਦਿਓ ਕਿ ਤੁਹਾਨੂੰ ਕੀ ਡਿਟੇਲਸ ਚਾਹੀਦੀਆਂ ਉਹਦੇ ਵਿੱਚ, ਅਤੇ ਮੈਂ ਉਹ ਕਮੈਂਟ ਰੀਡ ਕਰਕੇ ਇੱਕ ਵੀਡੀਓ ਬਣਾ ਕੇ ਤੁਹਾਨੂੰ ਪ੍ਰੋਪਰ ਦਿਉਂਗਾ, ਵੀਜ਼ਾ ਕਿਵੇਂ ਲੱਗਦਾ ਜਾਂ ਮਤਲਬ ਕਿੱਥੇ ਘੁੰਮ ਸਕਦੇ ਹਾਂ। ਥੋੜ੍ਹੀ ਇਨਫੋਰਮੇਸ਼ਨ ਦੇ ਦਿੰਦਾ ਕਿ ਸ਼ੰਗਨ ਵੀਜ਼ਾ ਜਿਹੜਾ ਤੁਸੀਂ ਕਿਸੇ ਵੀ ਕੰਟਰੀ 'ਚ ਘੁੰਮ ਸਕਦੇ ਹੋ ਯੂਰਪ ਵਿੱਚ, ਠੀਕ ਹੈ, ਉਹਦੇ ਵਾਸਤੇ ਹੁੰਦਾ। ਅਤੇ ਇਟਲੀ ਜਾਣਾ ਜਾਂ ਬਾਏ ਟ੍ਰੇਨ ਗਿਆ ਸੀਗਾ, ਕਿਸੇ ਨੇ ਵੀਜ਼ਾ ਚੈੱਕ ਨਹੀਂ ਕੀਤਾ, ਸਿਰਫ ਟਿਕਟ ਲੈਣੀ ਆ। ਅਤੇ ਆਉਣ ਲੱਗਿਆ ਜੇ ਤੁਸੀਂ ਬਾਏ ਪਲੇਨ ਜਾਂਦੇ ਹੋ ਜਾਂ ਬਾਏ ਪਲੇਨ ਆਉਂਦੇ ਹੋ, ਫਿਰ ਉਹ ਚੈੱਕ ਕਰਦੇ ਨੇ, ਠੀਕ ਹੈ। ਉੱਦਾਂ ਨਹੀਂ, ਸਵਿਜ਼ਰਲੈਂਡ ਗਿਆ ਸੀ, ਉੱਥੇ ਵੀ ਕਿਸੇ ਨੇ ਕੁਛ ਨਹੀਂ ਚੈੱਕ ਕੀਤਾ ਸੀ, ਨੋਰਮਲ
ਬਾਰਡਰ ਸੀਗੇ, ਲੰਘ ਜਾਈਦੇ ਆ ਬਾਏ ਕਾਰ, ਠੀਕ ਆ। ਅਤੇ ਬਾਕੀ ਹੈ ਕਿ ਬਹੁਤ ਬਹੁਤ ਧੰਨਵਾਦ ਤੁਹਾਡਾ ਬਾਈ ਇੰਨਾ ਪਿਆਰ ਅਤੇ ਇੰਨੀ ਸਪੋਰਟ ਦੇਣ ਵਾਸਤੇ ਮੈਨੂੰ, ਅਤੇ ਜਿਹੜਾ ਕਿ ਮੈਂ ਤੁਹਾਡੇ ਕਰਕੇ ਇੰਨੀਆਂ ਵਧੀਆ ਵੀਡੀਓਜ਼ ਬਣਾ ਸਕਿਆ ਹਾਂ। ਅਤੇ ਬਾਕੀ ਥੈਂਕ ਯੂ ਸੋ ਮੱਚ ਗਲੋਬਲ ਟੂਰਿਸਟ ਜਿਨ੍ਹਾਂ ਨੇ ਕਿ ਮੈਨੂੰ ਇਹ ਵੀਡੀਓ ਸਪੋਂਸਰ ਕੀਤੀਆਂ ਨੇ, ਅਤੇ ਇਹਨਾਂ ਦੇ ਕੰਟੈਕਟ ਸ਼ੋਅ ਹੋ ਰਹੇ ਨੇ, ਤੁਸੀਂ ਕਾਲ ਕਰਕੇ ਵੀਜ਼ਿਆਂ ਵਾਸਤੇ ਇਨਫੋਰਮੇਸ਼ਨ ਲੈ ਸਕਦੇ ਹੋ ਕਿ ਵਿਜ਼ਟਰ ਵੀਜ਼ੇ ਵਾਸਤੇ ਅਪਲਾਈ ਕਰਦੇ ਆ ਹਰੇਕ ਕੰਟਰੀ ਵਾਸਤੇ, ਅਤੇ ਤੁਸੀਂ ਉਹਨਾਂ ਨੂੰ ਕਾਲ ਕਰਕੇ ਜ਼ਿਆਦਾ ਡਿਟੇਲ ਲੈ ਲਿਓ, ਠੀਕ ਹੈ। ਬਾਕੀ ਮੈਂ ਉਹਨਾਂ ਲਿੰਕਸ ਪਾਊਂਗਾ, ਅਤੇ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ, ਇੰਸਟਾਗ੍ਰਾਮ 'ਤੇ ਫੋਲੋ ਕਰ ਲਿਓ ਡੇਲੀ ਅਪਡੇਟਸ ਲਈ। ਇੱਦਾਂ ਦੇ ਟ੍ਰਿਪਸ ਬਹੁਤ ਹੁਣ ਨਿਕਲਣ ਵਾਲੇ ਨੇ, ਮੈਂ ਬਹੁਤ ਟ੍ਰਿਪ ਪਲਾਨ ਕੀਤੇ ਹੋਏ ਨੇ, ਅਤੇ ਤੁਹਾਨੂੰ ਹੁਣ ਟ੍ਰਿਪ ਮੋਸਟਲੀ ਟ੍ਰਿਪਸ ਦੇਖਣ ਨੂੰ ਮਿਲਣਗੇ, ਅਤੇ ਮਾਰਕੀਟ ਵਲੋਗ ਵੀ ਮਿਲਣਗੇ, ਕੈਫੇ ਵਲੋਗ ਵੀ ਮਿਲਣਗੇ, ਅਤੇ ਸਿਆਲ ਜਿਹੜਾ ਹੈ ਜ਼ਿਆਦਾ ਫਨ ਹੁੰਦਾ, ਪੂਰਾ ਫਨ ਕਰਾਂਗੇ। ਅਤੇ ਫਿਰ ਕਮੈਂਟ ਸੁਣ ਲੱਗਿਆ ਮੈਂ, ਬਾਕੀ ਕਮੈਂਟ ਬਾਕਸ ਕਮੈਂਟ ਜ਼ਰੂਰ ਛੱਡ ਦਿਓ ਵੀ ਤੁਹਾਨੂੰ ਕੀ ਕੁਐਸਚਨ, ਆਪਣੇ ਕੁਐਸਚਨ, ਠੀਕ ਹੈ, ਮੈਂ ਉਹਦੇ ਆਨਸਰ ਜ਼ਰੂਰ ਦਿਊਂਗਾ ਇੱਕ ਵੀਡੀਓ ਵਿੱਚ। ਅਤੇ ਬਾਕੀ ਮੈਂ ਥੈਂਕ ਯੂ ਸੋ ਮੱਚ ਫੋਰ ਵਾਚਿੰਗ ਦਿਸ ਵੀਡੀਓ।